ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਬਾਰੇ ਹੁੰਨੇ ਹੋਣੇ ਆ ਗਿਆ ਮੌਸਮ ਦਾ ਇਹ ਵੱਡਾ ਅਲਰਟ ਹੋ ਜਾਓ ਸਾਵਧਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਾਂ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਮੌਸਮ ਵਿਭਾਗ ਜਿੱਥੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਸਮੇਂ ਸਮੇਂ ਤੇ ਲੋਕਾਂ ਨੂੰ ਇੱਤੀ ਜਾਂਦੀ ਹੈ ਤਾਂ ਜੋ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ ਹੁਣ ਤੇਜ਼ਵਾਮਾ ਚੱਲਣ ਤੇ ਤੋਪੜ ਦੇ ਨਾਲ ਨਿਕਲਣ ਕਾਰਨ ਕਿਸਾਨਾਂ ਨੂੰ ਗੁਜਰਾਹ ਮਹਿਸੂਸ ਹੋ ਰਹੀ ਹੈ ਤਾਂ ਜੋ ਗਿੱਲੀ ਹੋਈ ਕਨਕ ਦੀ ਫਸਲ ਨੂੰ ਸੁੱਕਣ ਤੇ ਕਟਾਈ ਕੀਤੀ ਜਾ ਸਕੇ ਇਸ ਮੌਸਮੀ ਭਾਗ ਵੱਲੋਂ ਹੁਣ ਮੌਸਮ ਨੂੰ ਲੈ ਕੇ ਜਨਵਰੀ ਤੇ ਫਰਵਰੀ ਵਿੱਚ ਆਉਣ ਵਾਲੇ ਦਿਨਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਪੰਜਾਬ ਦੇ ਵਿੱਚ ਵਾਖਵਾ ਖੇਤਰਾਂ ਵਿੱਚ ਬੱਦਲਵਾਈ ਤੇਜ਼ ਹਵਾਵਾਂ ਦਸਤਕ ਦੇਣ ਗਿਆ ਉੱਥੇ ਹੀ 2-3 ਫਰਵਰੀ ਤੱਕ ਪੰਜਾਬ ਦੇ ਵਿੱਚ ਬੂੰਦਾਬੰਦੀ ਤੇ ਹਲਕੀ ਬਰਸਾਤ ਹੋਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ ਉਮੀਦ ਇਹ ਵੀ ਹੈ ਕਿ ਇਸ ਵਾਰ ਲੋਕ ਬਸੰਤ ਵਿੱਚ ਸੁੱਕਾ ਨਹੀਂ ਮਨਾ ਪਾਣਗੇ ਉਸ ਦਿਨ ਵੀ ਮੀਂਹ ਦੇ ਪੂਰੇ ਪੂਰੇ ਅਸਾਰ ਨੇ ਜਿਸ ਕਾਰਨ ਪੰਜਾਬ ਵਿੱਚ ਤਾਪਮਾਨ ਵਿੱਚ ਗਰਾਉਡ ਦਰਜ ਕੀਤੀ ਜਾਗੀ ਤੇ ਫਿਰ ਬਰਸਾਤ ਹੋਣ ਨਾਲ ਠੰਡ ਵੱਜ ਜਾਗੀ ਪਹਾੜੀ ਖੇਤਰਾਂ ਵਿੱਚ ਹੋਣ ਵਾਲੀ ਬਰਬਰੀ ਦੇ ਬਾਰਿਸ਼ ਦੇ ਕਾਰਨ ਉਸ ਦਾ ਅਸਰ ਪੰਜਾਬ ਵਿੱਚ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀ ਤਬਦੀਲੀ ਕਾਰਨ ਕਿਸਾਨ ਨੂੰ ਕਣਕ ਦੀ ਬਿਜਾਈ ਵਾਸਤੇ ਵੀ ਕੁਝ ਦਿਨ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਪਹਿਲਾ ਬਰਸਾਤ ਨਾ ਹੋਣ ਦੇ ਕਾਰਨ ਝੋਨੇ ਦੀ ਕਟਾਈ ਦੇਰੀ ਨਾਲ ਹੋ ਗਈ ਸੀ ਖਬਰਾਂ ਲਾ ਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ